Hello, students. In this lecture, we discuss diminishing return to a factor or the law of diminishing return. Uh, diminishing return to factor refers to a situation in which total output tends to increase at the diminishing rate when more of the variable factors is combined with the fixed factor of production. So the fixed factor of production de ਨੰਬਰ ਆਫ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਦੇ ਹਨ देन ਜਿਹੜਾ ਟੋਟਲ ਆਉਟਪੁੱਟ ਵਿੱਚ ਇਨਕਰੀਜ਼ ਹੁੰਦਾ ਆ ਉਹ ਡਿਮਿਨਿਸ਼ਿੰਗ ਰੇਟ ਦੇ ਵਿੱਚ ਹੁੰਦਾ ਇਸ ਕਰਕੇ ਇਸ ਨੂੰ ਬੋਲਿਆ ਜਾਂਦਾ ਹੈ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਫਸਟ ਵੀ ਡਿਸਕਸ ਵਟ ਇਜ਼ ਲਾ ਆਫ ਡਿਮਿਨਿਸ਼ਿੰਗ ਰਿਟਰਨ ਅਕੋਰਡਿੰਗ ਟੂ ਥਿਸ ਲਾ ਐਜ਼ ਮੋਰ ਐਂਡ ਮੋਰ ਯੂਨਿਟਸ ਆਫ ਲੇਬਰ ਆਰ 엠ਪਲੋਇਡ ਔਨ ਅ 기ਵਨ ਪੀਸ ਆਫ ਲੈਂਡ ਦਾ ਮਾਰਜਨਲ ਪ੍ਰੋਡਕਟ ਆਫ ਦੀ ਐਡੀਸ਼ਨਲ ਯੂਨਿਟਸ ਆਫ ਲੇਬਰ ਵਿਲ ਗੋ ਆਨ ਡਿਮਿਨਿਸ਼ਿੰਗ ਦੈਟ ਮੀਨਸ ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਲਾਈਕ ਲੈਂਡ ਦੇ ਉੱਪਰ ਨੰਬਰ ਆਫ ਲੇਬਰ ਨੂੰ ਹੋਰ ਜ਼ਿਆਦਾ ਇਨਕਰੀਜ਼ ਕਰ ਰਹੇ ਹਾਂ ਦੈਨ ਹਰ ਇੱਕ ਲੇਬਰ ਐਕਸਟਰਾ ਨੂੰ ਜਿਹੜਾ ਅਸੀਂ ਐਮਪਲੋਈ ਕਰ ਰਹੇ ਹਾਂ ਉਹਦਾ ਜਿਹੜਾ ਮਾਰਜਨਲ ਪ੍ਰੋਡਕਟ ਆ ਉਹਦਾ ਕੀ ਆ ਡਿਮਿਨਿਸ਼ਿੰਗ ਕਰਨਾ ਸਟਾਰਟ ਹੋ ਜਾਏਗਾ ਹਰ ਐਕਸਟਰਾ ਲੇਬਰ ਜਿਵੇਂ ਜਿਵੇਂ ਐਮਪਲੋਇਡ ਕਰਦੇ ਜਾਵਾਂਗੇ ਐਡੀਸ਼ਨ ਯੂਨਿਟਸ ਆਫ ਲੇਬਰ ਕੀ ਕਰਦੀ ਜਾਏਗੀ ਡਿਮਿਨਿਸ਼ਿੰਗ ਨੈਕਸਟ ਇਜ਼ ਅਸਮਪਸ਼ਨਸ ਆਫ ਡਿਮਿਨਿਸ਼ਿੰਗ ਰਿਟਰਨ ਟੂ ਸਕੇਲ Sorry, diminishing return to factor uh, assumptions. First, is only one variable inputs is varied, and all others are. ਹੈਲਡ ਕਨਸਟੈਂਟ ਥੈਟ ਮੀਨਸ ਸਿਰਫ ਇੱਕ ਫੈਕਟਰ ਆਫ ਪ੍ਰੋਡਕਸ਼ਨ ਵੇਰੀਏਬਲ ਆ ਬਾਕੀ ਸਾਰੇ ਕਨਸਟੈਂਟ ਆ ਉਹਨਾਂ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਨੋ ਚੇਂਜ ਇਨ ਟੈਕਨੀਕਸ ਟੈਕਨੀਕਸ ਵਿੱਚ ਚੇਂਜ ਨਹੀਂ ਹੋ ਸਕਦਾ ਵੇਰੀਏਬਲ ਪ੍ਰੋਪੋਰਸ਼ਨਸ ਪ੍ਰੋਡਕਟ ਫੰਕਸ਼ਨ ਇਟ ਮੀਨਸ ਮੋਰ ਆਫ ਅ ਵੇਰੀਏਬਲ ਫੈਕਟਰਸ ਕੈਨ ਬੀ ਯੂਜ਼ਡ ਵਿਦ ਦੀ ਕਨਸਟੈਂਟ ਇਨਪੁਟਸ ਆਫ ਦੀ ਫਿਕਸਡ ਫੈਕਟਰ ਫਿਕਸਡ ਫੈਕਟਰ ਦੇ ਨਾਲ ਜਿੰਨੇ ਮਰਜ਼ੀ ਵੇਰੀਏਬਲ ਫੈਕਟਰਸ ਨੂੰ ਯੂਜ਼ ਕਰ ਸਕਦੇ ਆ ਜਿਹੜੇ ਨੈਕਸਟ ਇਜ਼ 올 ਦਾ ਵੇਰੀਏਬਲ ਫੈਕਟਰਸ ਆਰ ਹੋਮੋਜੀਨਸ ਥੈਟ ਮੀਨਸ ਕਿ ਐਫੀਸ਼ੀਐਂਸੀ ਦੇ ਅਕੋਰਡਿੰਗ ਸਾਰੇ ਜਿਹੜੇ ਫੈਕਟ ਵੇਰੀਏਬਲ ਫੈਕਟਰਸ ਆ ਇਕੁਅਲ ਆ ਸੇਮ ਸੇਮ ਆ ਹੋਮੋਜੀਨੀਅਸ ਨੈਕਸਟ ਇਜ਼ ਐਡਿਕੁਏਟ অর ਸਟੈਂਡਰਡ ਡੋਸ ਆਫ ਵੇਰੀਏਬਲ ਫੈਕਟਰਸ ਆਰ ਅਪਲਾਈਡ ਨੈਕਸਟ ਇਜ਼ ਐਕਸਪਲੇਨੇਸ਼ਨ ਟੇਬਲ 8 ਦੇ ਵਿੱਚ ਡਿਮਿਨਿਸ਼ਿੰਗ ਡਿਮਿਨਿਸ਼ਿੰਗ ਰਿਟਰਨ ਟੂ ਫੈਕਟਰਸ ਨੂੰ ਸ਼ੋ ਕੀਤਾ ਗਿਆ ਲਾਈਕ ਯੂਨਿਟਸ ਆਫ ਕੈਪੀਟਲ ਗਿਵਨ ਆ ਉਹ ਕੀ ਆ ਫਿਕਸਡ ਫੈਕਟਰ ਯੂਨਿਟਸ ਆਫ ਲੇਬਰ ਇਸ ਵੇਰੀਏਬਲ ਫੈਕਟਰਸ ਆਫ ਪ੍ਰੋਡਕਸ਼ਨ ਇੱਕ ਐਕਸਟੈਂਟ ਤੱਕ ਜਿੱਥੇ ਤੱਕ ਸਾਨੂੰ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਦੀ ਜ਼ਰੂਰਤ ਹੁੰਦੀ ਆ ਅਗਰ ਉਸ ਤੋਂ ਬਾਅਦ ਅਗਰ ਅਸੀਂ ਉਸ ਤੋਂ ਬਾਅਦ ਹੋਰ ਜ਼ਿਆਦਾ ਲੇਬਰ ਅਪਲਾਈ ਕਰਦੇ ਹਾਂ ਸੇਮ ਲੈਂਡ ਦੇ ਉੱਪਰ ਫਿਕਸ ਫੈਕਟਰ ਦੇ ਨਾਲ ਤਾਂ ਜਿਹੜਾ ਐਕਸਟਰਾ ਐਡੀਸ਼ਨ ਲੇਬਰ ਦੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਡਿਕਰੀਸ ਕਰਨਾ ਸਟਾਰਟ ਕਰ ਜਾਂਦੀ ਆ ਲਾਈਕ ਫਰਸਟ ਲੇਬਰ ਦੀ ਪ੍ਰੋਡਕਟਿਵਿਟੀ 5 ਆ ਇਸ ਕਰਕੇ ਟੋਟਲ ਪ੍ਰੋਡਕਟ ਵੀ 5 ਆ ਸੈਕੰਡ ਲੇਬਰ ਲਗਾਉਂਦੇ ਹਾਂ ਇੱਕ ਹੋਰ ਐਡੀਸ਼ਨ ਲੇਬਰ ਉਹਦੀ ਪ੍ਰੋਡਕਟਿਵਿਟੀ ਘਟ ਕੇ ਕਿੰਨੀ ਹੋ ਗਈ 3 ਇਸ ਲਈ ਟੋਟਲ ਪ੍ਰੋਡਕਟ ਵਿੱਚ ਇਨਕਰੀਸ ਤਾਂ ਹੋਇਆ ਬਟ ਡਿਮਿਨਿਸ਼ਿੰਗ ਰੇਟ ਉੱਤੇ ਆ 댓 ਮੀਨਸ 3 ਇਨਕਰੀਸ ਹੋਇਆ 댓 ਇਜ਼ 8 ਇੱਕ ਹੋਰ ਲੇਬਰ ਐਡ ਕੀਤਾ ਉਦੀ ਪ੍ਰੋਡਕਟਿਵਿਟੀ ਕਿੰਨੀ ਹੈ 2 ਟੋਟਲ ਪ੍ਰੋਡਕਟ ਵੀ ਸੀ ਇਨਕਰੀਜ਼ ਹੋਇਆ ਓਨਲੀ 2% ਦੈਟ ਮੀਨਸ ਡਿਮਿਨਿਸ਼ਿੰਗ ਰੇਟ ਦੇ ਉੱਪਰ ਇਨਕਰੀਜ਼ ਕਰ ਰਿਹਾ ਆ ਜੇ ਅਸੀਂ 4th 11 ਨੂੰ ਅਪਲਾਈ ਕਰਦੇ ਆ ਉਦੀ ਪ੍ਰੋਡਕਟਿਵਿਟੀ ਮਾਰਜਨਲ ਪ੍ਰੋਡਕਟ ਕਿੰਨਾ ਹੁੰਦਾ 1 ਟੋਟਲ ਪ੍ਰੋਡਕਟ ਕਿੰਨਾ ਹੁੰਦਾ ਆ 11 ਜਦੋਂ 5th ਯੂਨਿਟਸ ਆਫ ਲੇਬਰ ਨੂੰ ਅਪਲਾਈ ਕਰਦੇ ਆ ਉਸਦੀ ਪ੍ਰੋਡਕਟਿਵਿਟੀ ਜ਼ੀਰੋ ਹੋ ਜਾਂਦੀ ਜਦੋਂ 5th ਲੇਬਰ ਨੂੰ ਅਪਲਾਈ ਕਰਦੇ ਆ ਉਸਦੀ ਮਾਰਜਨਲ ਪ੍ਰੋਡਕਟ ਜ਼ੀਰੋ ਹੋ ਜਾਂਦਾ ਤੇ ਟੋਟਲ ਪ੍ਰੋਡਕਟ ਐਜ਼ ਇਟ ਇਜ਼ ਕਨਸਟੈਂਟ ਹੀ ਰਹਿੰਦਾ ਉਸ ਵਿੱਚ ਕੋਈ ਚੇਂਜ ਨਹੀਂ ਆਉਂਦਾ ਜਦੋਂ ਇੱਕ ਹੋਰ ਲੇਬਰ ਅਪਲਾਈ ਕਰਦੇ ਹਾਂ ਉਸਦੀ ਪ੍ਰੋਡਕਟਿਵਿਟੀ 네ਗੇਟਿਵ ਵਿੱਚ ਚਲ ਜਾਂਦੀ ਹੈ ਤੇ ਟੋਟਲ ਪ੍ਰੋਡਕਟ ਡਿਕਲਾਈਨ ਕਰਨਾ ਸਟਾਰਟ ਕਰ ਜਾਂਦਾ ਹੈ 댓 ਮੀਨਸ ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਮੋਰ ਐਂਡ ਮੋਰ ਯੂਨਿਟਸ ਆਫ ਲੇਬਰ ਨੂੰ ਅਪਲਾਈ ਕਰਦੇ ਹਾਂ ਥੈਨ ਟੋਟਲ ਪ੍ਰੋਡਕਟ ਪਹਿਲਾਂ ਡਿਮਿਨਿਸ਼ਿੰਗ ਰੇਟ ਤੇ ਇਨਕਰੀਜ਼ ਕਰਦਾ ਹੈ ਬਾਅਦ ਵਿੱਚ ਕਨਸਟੈਂਟ ਹੋ ਜਾਂਦਾ ਹੈ ਤੇ ਬਾਅਦ ਵਿੱਚ ਡਿਕਲਾਈਨ ਕਰਨਾ ਸਟਾਰਟ ਕਰ ਜਾਂਦਾ ਹੈ ਇਸ ਡਾਇਗਰਾਮ ਦੇ ਵਿੱਚ ਟੋਟਲ ਪ੍ਰੋਡਕਟ 기ਵਨ ਹੈ ਕਿ ਪਹਿਲਾਂ ਇਨਕਰੀਜ਼ ਕਰ ਰਿਹਾ ਬਟ ਡਿਮਿਨਿਸ਼ਿੰਗ ਰੇਟ ਤੇ ਬਾਅਦ ਵਿੱਚ ਪੀ ਪੁਆਇੰਟ ਤੇ ਕਨਸਟੈਂਟ ਹੁੰਦਾ ਤੇ ਬਾਅਦ ਵਿੱਚ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦਾ ਮਾਰਜਨਲ ਪ੍ਰੋਡਕਟ ਪਹਿਲਾਂ ਕੀ ਆ ਪੋਜ਼ਿਟਿਵ ਬਾਅਦ ਵਿੱਚ ਕੀ ਹੋ ਜਾਂਦਾ ਇਸ ਜਗ੍ਹਾ ਤੇ ਜ਼ੀਰੋ ਐਂਡ ਬਾਅਦ ਵਿੱਚ ਨੈਗੇਟਿਵ ਹੋ ਜਾਂਦਾ ਡਿਮਿਨਿਸ਼ਿੰਗ ਰਿਟਰਨ ਟੂ ਫੈਕਟਰ ਨੂੰ ਇਨਕਰੀਜ਼ਿੰਗ ਕਾਸਟ ਵੀ ਕਿਹਾ ਜਾਂਦਾ ਹੈ ਇਨਕਰੀਜ਼ਿੰਗ ਕਾਸਟ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਕਿ ਜਦੋਂ ਅਸੀਂ ਲੇਬਰਸ ਨੂੰ ਅਪਲਾਈ ਕਰਦੇ ਹਾਂ ਹੋਰ ਐਡੀਸ਼ਨਸ ਲੇਬਰ ਨੂੰ ਤਾਂ ਉਹਨਾਂ ਦੀ ਪ੍ਰੋਡਕਟਿਵਿਟੀ ਬਹੁਤ ਘੱਟ ਹੁੰਦੀ ਹੈ ਕਾਸਟ ਤਾਂ ਸੇਮ ਰਹਿੰਦੀ ਹੈ ਪਰ ਪ੍ਰੋਡਕਟਿਵਿਟੀ ਘੱਟ ਹੋਣ ਕਾਰਨ ਐਵਰੇਜ ਕਾਸਟ ਇਨਕਰੀਜ਼ ਕਰ ਜਾਂਦੀ ਹੈ ਲਾਈਕ ਯੂਨਿਟਸ ਆਫ ਲੇਬਰ 1 ਉਹਦੀ ਕਾਸਟ ਕਿੰਨੀ ਹੈ 40 ਟੂ ਪ੍ਰੋਡਕਟ ਕਿੰਨਾ ਹੈ ਟੋਟਲ ਪ੍ਰੋਡਕਟ 5 ਜਦੋਂ ਅਸੀਂ ਟੋਟਲ ਕਾਸਟ ਨੂੰ ਟੋਟਲ ਪ੍ਰੋਡਕਟ ਨਾਲ ਡਿਵਾਈਡ ਕਰਦੇ ਹਾਂ ਸਾਡੇ ਕੋਲ ਐਵਰੇਜ ਕਾਸਟ ਆਣੀ ਥੈਟ ਇਜ਼ 8 ਸੈਕੰਡ ਯੂਨਿਟ 2 ਲੇਬਰ ਅਪਲਾਈ ਕਰਦੇ ਹਾਂ ਕਾਸਟ ਕਿੰਨੀ ਹੈ 80 ਕਾਸਟ ਤਾਂ ਸੇਮ ਰਹੇਗੀ ਟੋਟਲ ਪ੍ਰੋਡਕਟ ਇਨਕਰੀਜ਼ ਕਰ ਰਿਹਾ ਬਟ ਡਿਮਿਨਿਸ਼ਿੰਗ ਰੇਟ ਤੇ 댓 ਮੀਨਸ ਪ੍ਰੋਡਕਟ ਇਨਕਰੀਜ਼ ਕਾਸਟ ਐਜ਼ ਇਟ ਇਜ਼ ਆ ਪ੍ਰੋਡਕਸ਼ਨ ਹੋ ਰਹੀ ਆ ਹੋਰ ਘਟ ਇਸ ਲਈ ਕਾਸਟ ਕੀ ਕਰਦੀ ਜਾਏਗੀ ਇਨਕਰੀਜ਼ ਕਰਦੀ ਜਾਏਗੀ ਐਵਰੇਜ ਕਾਸਟ ਇਸ ਟੇਬਲ ਦੇ ਵਿੱਚ ਸ਼ੋ ਕੀਤਾ ਗਿਆ ਡਾਇਗਰਾਮ ਵਿੱਚ ਕਿ ਜਿਵੇਂ ਜੁਨਿਟਸ ਆਫ ਲੇਬਰ ਐਂਡ ਕੈਪੀਟਲ ਨੂੰ ਇਨਕਰੀਜ਼ ਕਰ ਰਹੇ ਆ ਜਿਹੜੀ ਐਵਰੇਜ ਕਾਸਟ ਆ ਉਹ ਇਨਕਰੀਜ਼ ਕਰਦੀ ਜਾ ਰਹੀ ਆ ਨੈਕਸਟ ਇਜ਼ ਕੌਜ਼ਸ ਆਫ ਦੀ ਅਪਰੇਸ਼ਨ ਆਫ ਦੀ ਲਾ ਆਫ ਡਿਮਿਨਿਸ਼ਿੰਗ ਰਿਟਰਨ ਔਨ ਡਿਮਿਨਿਸ਼ਿੰਗ ਰਿਟਰਨ ਟੂ ਅ ਫੈਕਟਰ ਫਰਸਟ ਪੁਆਇੰਟ ਇਜ਼ ਫਿਕਸਿਟੀ ਆਫ ਦੀ ਫੈਕਟਰ ਕਿ ਜਦੋਂ ਅਸੀਂ ਫਿਕਸਡ ਫੈਕਟਰ ਦੇ ਨਾਲ ਮੋਰ ਐਂਡ ਮੋਰ ਵੇਰੀਏਬਲ ਫੈਕਟਰਸ ਨੂੰ ਅਪਲਾਈ ਕਰਦੇ ਜਾਂਦੇ ਹਾਂ ਤੇ ਉਹਦੇ ਨਾਲ ਕੀ ਹੁੰਦੀ ਆ ਓਵਰ ਯੂਟਿਲਾਈਜ਼ ਹੋਣ ਦੇ ਕਾਰਨ ਇੱਕ ਪੁਆਇੰਟ ਤੋਂ ਬਾਅਦ ਜਿਹੜਾ ਪ੍ਰੋਡਕਸ਼ਨ ਆ ਮਾਰਜਨਲ ਪ੍ਰੋਡਕਟ ਉਹ ਕੀ ਡਿਕਰੀਸ ਕਰਨਾ ਸਟਾਰਟ ਕਰ ਜਾਂਦਾ ਨੈਕਸਟ ਇਜ਼ ਇੰਪਰਫੈਕਟ ਫੈਕਟਰ ਸਬਸਟੀਟਿਊਟਸ ਫੈਕਟਰਸ ਆਫ ਪ੍ਰੋਡਕਸ਼ਨ ਆਰ ਇੰਪਰਫੈਕਟ ਸਬਸਟੀਟਿਊਟਸ ਆਫ ਈਚ ਅਦਰ ਲਾਈਕ ਅਸੀਂ ਅਗਰ ਕੋਈ ਮਸ਼ੀਨਰੀ ਆ ਮਸ਼ੀਨਰੀ ਦਾ ਯੋਗ ਜੋ ਨੇ ਮਸ਼ੀਨਰੀ ਨੇ ਪ੍ਰੋਡਕਸ਼ਨ ਕਰਨਾ ਉਸੇ ਜ਼ਿਆਦਾ ਲੇਬਰ ਲਗਾ ਕੇ ਪ੍ਰੋਡਕਸ਼ਨ ਤਾਂ ਨਹੀਂ ਕਰ ਸਕਦੇ ਕਿ ਉਸ ਮਸ਼ੀਨਰੀ ਨੂੰ ਯੂਜ਼ ਕਰਨ ਦੇ ਲਈ ਕੋਈ ਵੀ ਕੋਈ ਵੀ ਮਸ਼ੀਨ ਆ ਉਹਨੂੰ 5% ਚਾਹੀਦੇ ਆ ਬਟ ਅਸੀਂ ਅਗਰ ਪ੍ਰੋਡਕਸ਼ਨ ਇਨਕਰੀਜ਼ ਕਰਨਾ ਸੀ ਇਹ ਨਹੀਂ ਹੋ ਕਿ ਉਸ ਉੱਪਰ 20 30% ਲੇਬਰ ਹੋਰ ਏਮਪਲੋਏ ਕਰਕੇ ਪ੍ਰੋਡਕਸ਼ਨ ਇਨਕਰੀਜ਼ ਕਰ ਸਕਦੇ ਦੈਟ ਮੀਨਸ ਕਿ ਪ੍ਰੋਡਕਸ਼ਨ ਜ਼ਿਆਦਾ ਕਰਨ ਦੇ ਲਈ ਸਾਨੂੰ ਕਿਸ ਦੀ ਰਿਕੁਆਇਰਮੈਂਟ ਹੈ ਕੈਪੀਟਲ ਮਸ਼ੀਨ ਦੀ ਜ਼ਿਆਦਾ ਜ਼ਰੂਰਤ ਹੈ ਇਸ ਲਈ ਅਸੀਂ ਫੈਕਟਰ ਜਿਹੜੇ ਇੰਪਰਫੈਕਟ ਸਬਸਟੀਟਿਊਟਸ ਹੋਣ ਦੇ ਕਾਰਨ 1 ਪੁਆਇੰਟ ਤੋਂ ਬਾਅਦ ਜਿਹੜਾ ਪ੍ਰੋਡਕਸ਼ਨ ਆ ਉਹ ਡਿਮਿਨਿਸ਼ਿੰਗ ਕਰਨਾ ਸਟਾਰਟ ਕਰ ਜਾਂਦਾ ਨੈਕਸਟ ਇਜ਼ ਪੂਰ ਕੋਆਰਡੀਨੇਸ਼ਨ ਬਿਟਵੀਨ ਦੀ ਫੈਕਟਰਸ ਜਦੋਂ ਅਸੀਂ ਕੰਟੀਨਿਊਸਲੀ ਫਿਕਸਡ ਫੈਕਟਰ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਇਨਕਰੀਸ ਕਰਦੇ ਜਾਂਦੇ ਹਾਂ ਤੇ ਜਿਹੜਾ ਆਈਡੀਅਲ ਫੈਕਟਰ ਰੇਸ਼ੋ ਆ ਜਿਹੜੀ ਉਹਦੀ ਲਿਮਟ ਉਹ ਖਤਮ ਹੋ ਜਾਂਦੀ ਹੈ ਉਸ ਪੁਆਇੰਟ ਤੋਂ ਬਾਅਦ ਜੇ ਰੋ ਹੋਰ ਲੇਬਰ ਅਸੀਂ ਅਪ ਪ੍ਰੋਡਕਸ਼ਨ ਡਿਕਰੀਸ ਕਰਨਾ ਸਟਾਰਟ ਕਰ ਜਾਂਦਾ ਹੈ ਨੈਕਸਟ ਇਜ਼ ਐਪਲੀਕੇਸ਼ਨ ਆਫ ਦਿ ਲਾ ਫਸਟ ਇਜ਼ ਐਪਲੀਕੇਸ਼ਨ ਟੂ ਐਗਰੀਕਲਚਰ ਇਨ ਆਰਡਰ ਟੂ ਇਨਕਰੀਸ ਐਗਰੀਕਲਚਰਲ ਪ੍ਰੋਡਕਸ਼ਨ ਲੇਬਰ ਐਂਡ ਕੈਪੀਟਲ ਕੈਨ ਬੀ ਇਨਕਰੀਸ ਟੂ ਦਿ ਡਿਜ਼ਾਇਰ ਐਕਸਟੈਂਡ ਜੇ ਰੋਸੇ ਐਗਰੀਕਲਚਰ ਦੇ ਪ੍ਰੋਡਕਸ਼ਨ ਨੂੰ ਇਨਕਰੀਸ ਕਰਨਾ ਚਾਹਦੇ ਹਨ ਕੋਈ ਵੀ ਤੋ ਉਹਨੂੰ ਲੇਬਰ ਤੇ ਕੈਪੀਟਲ ਨੂੰ ਇਨਕਰੀਸ ਕਰਨਾ ਇਨਕਰੀਸ ਕਰਨਾ ਪੈਂਦਾ ਹੈ ਐਗਰੀਕਲਚਰ ਏਰੀਆ ਦੇ ਵਿੱਚ ਬਟ ਲੈਂਡ ਇਥੇ ਕੀ ਐ ਇੱਕ ਫਿਕਸਡ ਫੈਕਟਰ ਆ ਅਗਰ ਅਸੀਂ ਫਿਕਸਡ ਫੈਕਟਰ ਦੇ ਉੱਪਰ ਨੰਬਰ ਆਫ ਵੇਰੀਏਬਲ ਜਾਂ ਡੋਸਸ ਆਫ ਲੇਬਰ ਨੂੰ ਇਨਕਰੀਸ ਕਰਦੇ ਜਾਂਦੇ ਆ ਤੇ ਅਗਰ ਕੈਪੀਟਲ ਫਿਕਸਡ ਰਹਿੰਦੀ ਆ ਦੈਨ ਜਿਹੜਾ ਮਾਰਜਨਲ ਪ੍ਰੋਡਕਟ ਆਫ ਵੇਰੀਏਬਲ ਫੈਕਟਰ ਆ ਹਰ ਇੱਕ ਐਡੀਸ਼ਨ ਵੇਰੀਏਬਲ ਫੈਕਟਰ ਦਾ ਉਹ ਕੀ ਕਰਦਾ ਜਾਏਗਾ ਡਿਕਰੀਸ ਕਰਦਾ ਜਾਏਗਾ ਨੈਕਸਟ ਇਜ਼ ਐਪਲੀਕੇਸ਼ਨ ਟੂ ਦੀ ਐਕਸਟ੍ਰੈਕਟਿਵ ਇੰਡਸਟਰੀਜ਼ ਫਰਸਟ ਪੁਆਇੰਟ ਇਜ਼ ਮਾਈਨਿੰਗ ਇੰਡਸਟਰੀ ਇਨ ਆਰਡਰ ਟੂ ਐਕਸਟ੍ਰੈਕਟ ਮੋਰ ਐਂਡ ਮੋਰ ਮਿਨਰਲਸ one has to go deep into the mines ki agar koi farmer sa ya koi bhi entrepreneur agar chahnda ki usnu mineral zyada milna hai ki usnu zyada deep mining karni pendi hai jinnni zyada deep mining hogi unni zyada expenses honge lighting te pumping out of water more wages to labor labor nu zyada wage pay karni payegi is nal ki hovega कि डीपर द माइनिंग ऑपरेशन ग्रेटर द एक्सपेंसेस जिनी डीप माइनिंग होएगी उसने जी एक्सपेंसि भी ज़्यादा होएगा दैन द लो विल दस अप्लाई इन टर्म ऑफ इनक्रीजिंग इसल की होएगा कि इनक्रीजिंग कॉस्ट का लो एप्लीकेबल होएगा उसका कि जिनी ज़्यादा डीप माइनिंग होएगी उसकी होगी कोस्ट भी ज़्यादा इनक्रीज़ कर दी जाएगी नैक्सट इज़ बिल्डिंग लो ऑलसो एप्लाइज टू मल्टी ਮਲਟੀ ਸਟੋਰੀ ਬਿਲਡਿੰਗਸ ਜਿਹੜੀਆਂ ਮਲਟੀ ਸਟੋਰੀ ਬਿਲਡਿੰਗਸ ਹੁੰਦੀਆਂ ਲਾਈਕ ਹਾਇਰ ਬਿਲਡਿੰਗਸ ਆ ਉਹਨਾਂ ਨੂੰ ਬਣਾਉਣ ਦੇ ਉੱਪਰ ਜਿਹੜਾ ਐਕਸਪੈਂਸਸ ਜ਼ਿਆਦਾ ਹੁੰਦਾ ਆ ਅਪਰ ਸਟੋਰੀਜ਼ ਦੇ ਉੱਪਰ ਜਿਵੇਂ ਜਿਵੇਂ ਉਸਤੇ ਉੱਪਰ ਐਕਸਪੈਂਸਸ ਤੇ ਐਕਸਪੈਂਡੀਚਰ ਜ਼ਿਆਦਾ ਲੱਗਦਾ ਆ ਔਨ ਦ ਅਦਰ ਹੈਂਡ ਬਟ ਜਿਹੜਾ ਰੈਂਟ ਆਫ ਦਾ ਅਪਰ ਸਟੋਰੀ ਹੁੰਦਾ ਆ ਉਹ ਕੀ ਹੁੰਦਾ ਆ ਘੱਟ ਹੁੰਦਾ ਆ 댓 ਮੀਨਸ ਕਿ ਲਾਅ ਆਫ ਡਿਮਿਨਿਸ਼ਿੰਗ ਐਪਲੀਕੇਬਲ ਹੁੰਦਾ ਆ ਇਨ ਇਨਕਰੀਜ਼ਿੰਗ ਕਾਸਟ ਨੈਕਸਟ ਇਜ਼ ਫਿਸ਼ਰੀਜ਼ ਦਾ ਸਟਾਕ ਆਫ ਫਿਸ਼ ਐਟ ਐਨੀ ਗਿਵਨ ਸਪੋਟ ਆਫ ਦਾ ਰਿਵਰ ਔ as more and more of the fish is taken out its stock will go on fell falling jaro zyada to zyada fa fish nu uh, ਇੱਕ ਪਾਰਟਿਕੂਲਰ ਏਰੀਆ ਦੇ ਉੱਪਰ ਕੈਚ ਕਰ ਲਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਸਟਾਕ ਕੀ ਹੁੰਦਾ ਆ ਡਿਕਲਾਈਨ ਕਰਨਾ ਸਟਾਰਟ ਕਰ ਜਾਂਦਾ ਆ ਤੇ ਜਿਹੜਾ ਫਿਸ਼ਰਮੈਨ ਹੁੰਦੇ ਆ ਉਹਨਾਂ ਨੂੰ ਕੀ ਸੀ ਦੇ ਅੰਦਰ ਜਾਂ ਸਮੁੰਦਰ ਦੇ ਅੰਦਰ ਅੰਦਰ ਦੂਰ ਤੱਕ ਜਾਣਾ ਪੈਂਦਾ ਠੀਕ ਆ ਉਸ ਨਾਲ ਕੀ ਹੁੰਦਾ ਉਹਨਾਂ ਦਾ ਐਕਸਪੈਂਸਸ ਇਨਕਰੀਜ਼ ਕਰ ਜਾਂਦਾ ਆ ਐਕਸਪੈਂਸਸ ਇਨਕਰੀਸ ਹੋਣ ਦੇ ਕਾਰਨ ਇਸ ਕਾਰਨ ਉਸ ਦੇ ਉੱਪਰ ਵੀ ਲਾਅ ਜਿਹੜਾ ਇਨਕਰੀਜ਼ਿੰਗ ਕਾਸਟ ਐਪਲੀਕੇਬਲ ਹੁੰਦਾ ਹੈ ਨੈਕਸਟ ਇਜ਼ ਐਪਲੀਕੇਸ਼ਨ ਟੂ ਇੰਡਸਟਰੀਜ਼ ਐਪਲੀਕੇਸ਼ਨ ਟੂ ਇੰਡਸਟਰੀ ਮੀਨਸ ਕਿ ਮੈਨੂਫੈਕਚਰਿੰਗ ਇੰਡਸਟਰੀਜ਼ ਆ ਜਿਹੜੀਆਂ ਫੈਕਟਰਸ ਆਫ ਉਹਨਾਂ ਵਿੱਚ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਕੇ ਪ੍ਰੋਡਕਸ਼ਨ ਨੂੰ ਇਨਕਰੀਜ਼ ਕੀਤਾ ਜਾਂਦਾ ਹੈ ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਵਿੱਚ ਲੇਬਰ ਤੇ ਕੈਪੀਟਲ ਪਲੇ ਗ੍ਰੇਟਰ ਗ੍ਰੇਟਰ ਰੋਲ ਦੈਨ ਲੈਂਡ ਲੈਂਡ ਦੇ ਕੰਪੈਰੀਟਿਵਲੀ ਕੈਪੀਟਲ ਤੇ ਲੇਬਰ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਜ਼ਿਆਦਾ ਸਿਗਨੀਫੀਕੈਂਟ ਰੋਲ ਪਲੇ ਕਰਦੇ ਆ ਸ਼ਾਰਟ ਪੀਰੀਅਡ ਦੇ ਵਿੱਚ ਕੈਪੀਟਲ ਜਰਨਲੀ ਫਿਕਸਡ ਹੁੰਦੀ ਆ ਠੀਕ ਆ ਔਰ ਇਸ ਸਪਲਾਈ ਫਿਕਸਡ ਹੁੰਦੀ ਹੈ ਇਸ ਲਈ ਜਿਹੜਾ ਪ੍ਰੋਡਕਸ਼ਨ ਆ ਉਹ ਲੇਬਰ ਨੂੰ ਇਨਕਰੀਜ਼ ਕਰਕੇ ਕੀਤਾ ਜਾਂਦਾ ਆ ਬਟ 1 ਪੁਆਇੰਟ ਤੋਂ ਬਾਅਦ ਜਦੋਂ ਲੇਬਰ ਹੋਰ ਜਰ ਇਨਕਰੀਜ਼ ਕਰਦੇ ਜਾਂਦੇ ਆ ਉਸ ਨਾਲ ਜਿਹੜੀ ਉਹਦੀ ਪ੍ਰੋਡਕਟਿਵਿਟੀ ਆ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੇ ਆ ਨੈਕਸਟ ਇਜ਼ ਵਾਈ ਡਸ ਦੀ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਮੇਨਲੀ ਅਪਲਾਈ ਟੂ ਐਗਰੀਕਲਚਰ ਫਸਟ ਪੁਆਇੰਟ ਇਜ਼ ਨੈਚੁਰਲ ਫੈਕਟਰ ਨੇਚਰ ਨੇਚਰ ਪਲੇ ਅ ਡੋਮੀਨੈਂਟ ਰੋਲ ਇਨ ਐਗਰੀਕਲਚਰ ਨੇਚਰ ਐਗਰੀਕਲਚਰ ਸੈਕਟਰ ਦੇ ਵਿੱਚ ਇੱਕ ਬਹੁਤ ਹੀ ਸਿਗਨੀਫੀਕੈਂਟ ਰੋਲ ਪਲੇ ਕਰਦੀ ਆ ਨੇਚਰਲ ਫੈਕਟਰਸ ਲਾਈਕ ਰੇਨਫਾਲ ਗ੍ਰੇਟਲੀ ਇਨਫਲੂਐਂਸ ਐਗਰੀਕਲਚਰ ਪ੍ਰੋਡਕਸ਼ਨ ਰੇਨਫਾਲ ਦਾ بارش ਦਾ ਐਗਰੀਕਲਚਰ ਪ੍ਰੋਡਕਸ਼ਨ ਦੇ ਉੱਪਰ ਬਹੁਤ ਹੀ ਜ਼ਿਆਦਾ ਇਫੈਕਟ ਪੈਂਦਾ ਆ ਜਿਸ ਕਾਰਨ ਕਿ ਜਿਹੜਾ ਡਿਮਿਨਿਸ਼ਿੰਗ ਰਿਟਰਨ ਜਿਹੜਾ ਲੋ ਆਈ ਸੁਪਰ ਜਲਦੀ ਅਪਲਾਈ ਹੁੰਦਾ ਹੈ ਨੈਕਸਟ ਇਜ਼ ਡਿਕਰੀਜ਼ ਇਨ ਫਰਟਿਲਿਟੀ ਆਫ ਪਲੈਂਟ ਜ਼ਰੂਰੀ ਕਿਸੇ ਵੀ ਲੈਂਡ ਦੇ ਉੱਪਰ ਕલ્ਟੀਵੇਸ਼ਨ ਕਰਦੇ ਜਾਂਦੇ ਆ ਤੋਦੀ ਹੌਲੀ ਹੌਲੀ ਫਰਟੀਲਿਟੀ ਉਪਜਾਊਪਨ ਘਟਦਾ ਜਾਂਦਾ ਹੈ ਜਦੋਂ ਅਸੀਂ ਜਿਆਦਾ ਤੋਂ ਜਿਆਦਾ ਲੇਬਰ ਅਪਲਾਈ ਕਰਦੇ ਜਾਂਦੇ ਹਾਂ ਉਸ ਨਾਲ ਪ੍ਰੋਡਕਸ਼ਨ ਇਨਕਰੀਸ ਨਹੀਂ ਹੁੰਦਾ ਇਸ ਲਈ ਲੈਂਡ ਦੇ ਉੱਪਰ ਜਿਹੜਾ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਜਲਦੀ ਐਪਲੀਕੇਬਲ ਹੁੰਦਾ ਨੈਕਸਟ ਇਜ਼ ਲੈਸ ਚਾਂਸ ਆਫ ਡਿਵੀਜ਼ਨ ਆਫ ਲੇਬਰ ਐਗਰੀਕਲਚਰ ਸੈਕਟਰ ਦੇ ਵਿੱਚ ਡਿਵੀਜ਼ਨ ਆਫ ਲੇਬਰ ਐਂਡ ਸਪੈਸ਼ਲਾਈਜ਼ੇਸ਼ਨ ਨੂੰ ਇਹ ਚਾਂਸਸ ਬਹੁਤ ਘੱਟ ਹੁੰਦੇ ਆ ਨੈਕਸਟ ਇਜ਼ ਲੈਸ ਸੁਪਰਵੀਜ਼ਨ ਐਗਰੀਕਲਚਰ ਆਪਰੇਸ਼ਨਸ ਆਰ ਸਪਰੈਡ ਓਵਰ ਲਾਰਜ ਟ੍ਰੈਕਟਸ ਆਫ ਲੈਂਡ ਇਸ ਲਈ ਇਹਦੀ ਜਿਹੜੀ ਸੁਪਰਵੀਜ਼ਨ ਕਰਨਾ ਪੋਸੀਬਲ ਨਹੀਂ ਹੁੰਦਾ ਲਾਈਕ ਇੱਕ ਇੰਡਸਟਰੀ ਸੈਕਟਰ ਆ ਉਸ ਦਾ ਸੁਪਰਵੀਜ਼ਨ ਕਰਨਾ ਈਜ਼ੀ ਆ ਬਟ ਇੱਕ ਐਗਰੀਕਲਚਰ ਸੈਕਟਰ ਦੇ ਵਿੱਚ ਸੁਪਰਵੀਜ਼ਨ ਕਰਨਾ ਬਹੁਤ ਹੀ ਡਿਫਿਕਲਟ ਆ ਨੈਕਸਟ ਇਜ਼ ਲੈਸ ਯੂਜ਼ ਆਫ ਮਸ਼ੀਨਸ ਮਸ਼ੀਨਸ ਦਾ ਐਗਰੀਕਲਚਰ ਸੈਕਟਰ ਦੇ ਵਿੱਚ ਐਸ ਕੰਪੇਅਰ ਟੂ ਮੈਨੂਫੈਕਚਰਿੰਗ ਇੰਡਸਟਰੀ ਦੇ ਨਾਲੋਂ ਘੱਟ ਯੂਜ਼ ਹੁੰਦਾ ਜਿਸ ਕਾਰਨ ਲਾਅ ਆਫ ਡਿਮਿਨਿਸ਼ਿੰਗ ਰਿਜ਼ਰ diminishing return agriculture ਵਿੱਚ ਜਲਦੀ ਐਪਲੀਕੇਬਲ ਹੁੰਦਾ ਸੀਜ਼ਨਲ ਓਕੂਪੇਸ਼ਨ ਜਿਹੜੇ ਕਿ ਐਗਰੀਕਲਚਰ ਇੱਕ ਸੀਜ਼ਨਲ ਓਕੂਪੇਸ਼ਨ ਆ ਕਿ ਕੁਝ ਮਨਸ ਤੇ ਵੀਥੀ ਕਲਟੀਵੇਸ਼ਨ ਕੀਤੀ ਜਾਂਦੀ ਆ ਰੈਸਟ ਆਫ ਦਾ ਟਾਈਮ ਜਿਹੜੇ ਵਰਕਰਸ ਐ ਐਨੀਮਲਸ ਹੋ ਉਹ ਵਿਲੇ ਰਹਿੰਦੇ ਆ ਜਿਸ ਕਰਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਡਿਫਰੈਂਸ ਇਨ ਫਰਟੀਲਿਟੀ ਆਫ ਲੈਂਡ ਅ ਜਾਰ ਇੰਡੀਆ ਦੇ ਵਿੱਚ ਜਿਹੜੀ ਜ਼ਰਤ ਲੈਂਡ ਆ ਉਹ ਇਕਵਲੀ ਫਰਟਾਈਲ ਨਹੀਂ ਹੈ ਗਿਆ ਵੈਨ ਡਿਮਾਂਡ ਫੋਰ ਲੈਂਡ ਇਨਕਰੀਜ਼ ਰੂ ਲੈਂਡਲੀ ਡਿਮਾਂਡ ਇਨਕਰੀਜ਼ ਕਰਦੀ ਆ ਲੈਸ ਫਰਟਾਈਲ ਲੈਂਡਸ ਨੂੰ ਵੀ ਕਲਟੀਵੇਸ਼ਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਜਿਸ ਕਾਰਨ ਜਦੋਂ ਲੈਸ ਫਰਟਾਈਲ ਲੈਂਡ ਦੇ ਉੱਪਰ ਕਲਟੀਵੇਸ਼ਨ ਕਰਦੇ ਹਾਂ ਉਹਦੀ ਪ੍ਰੋਡਕਟੀਵਿਟੀ ਕੀ ਹੁੰਦੀ ਆ ਘੱਟ ਹੁੰਦੀ ਆ ਤੇ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ ਨੈਕਸਟ ਇਜ਼ ਲੈਂਡ ਇਜ਼ ਲਿਮਿਟਡ ਲੈਂਡ ਇੱਕ ਫਿਕਸ ਫੈਕਟਰ ਆਫ ਪ੍ਰੋਡਕਸ਼ਨ ਹੈ ਐਂਡ ਲੈਂਡ ਨੂੰ ਅਸੀਂ ਇਨਕਰੀਜ਼ ਨਹੀਂ ਕਰ ਸਕਦੇ ਜਿੰਨੀ ਅਵੇਲੇਬਿਲਟੀ ਹੈ ਉਨੀ ਹੀ ਉਹਦੀ ਰਹਿ ਸਕਦੀ ਆ ਕਿ ਪ੍ਰੋਡਕਸ਼ਨ ਇਨਕਰੀਜ਼ ਕਰਨ ਦੇ ਲਈ ਇਹ ਨਹੀਂ ਕਿ ਅਸੀਂ ਲੇਬਰਸ ਜ਼ਿਆਦਾ ਐਪਲੀਕੇਬਲ ਕਰਕੇ ਉਸ ਉੱਪਰ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਆ नैक्सट इज़ इम्पोर्टेंस ऑफ द लॉ फर्स्ट इज बेसिस ऑफ द थ्यूरी ऑफ पॉपुलेशन पॉपुलेशन थ्यूरी मॉ मथस ने दी सी अकॉर्डिंग टू दिस थ्यूरी अकॉर्डिंग टू हिम प्रोडक्शन ऑफ फूड ग्रेनज लैक्स बिहाइंड इनक्रीज इन पॉपूलेशन दैट मीनस कि पॉपुलेशन के इनक्रीज हो जड़ा प्रोडक्शन ऑफ फूड आ ਉਹ ਇੰਨਾ ਜ਼ਿਆਦਾ ਇਨਕਰੀਸ ਨਹੀਂ ਹੋਇਆ ਜਿੰਨਾ ਪੋਪੂਲੇਸ਼ਨ ਵਿੱਚ ਹੁੰਦਾ ਹੈ ਇਸ ਕਰਕੇ ਜਿਹੜਾ ਸ਼ਾਰਟੇਜ ਆਫ ਫੂਡ ਹੋ ਜਾਂਦੀ ਆ ਦਾ ਰੀਜ਼ਨ ਬੀਇੰਗ ਥੈਟ ਐਗਰੀਕਲਚਰ ਆਬੀਸਲੀ ਲਾ ਆਫ ਡਿਮਿਨਿਸ਼ਿੰਗ ਰਿਟਰਨ ਦਾ ਰੀਜ਼ਨ ਇਹਦਾ ਕੀ ਹੈ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਲਾ ਆਫ ਡਿਮਿਨਿਸ਼ਿੰਗ ਰਿਟਰਨ ਐਪਲੀਕੇਬਲ ਹੁੰਦਾ ਹੈ ਕਿ ਅਸੀਂ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਟਿਵਿਟੀ ਨੂੰ ਇਨਕਰੀਸ ਨਹੀਂ ਕਰ ਸਕਦੇ ਜੇਕਰ ਪੋਪੂਲੇਸ਼ਨ ਜ਼ਿਆਦਾ ਇਨਕਰੀਸ ਕਰ ਜਾਂਦੀ ਹੈ ਬਿਕੋਜ਼ ਆਫ ਲੈਂਡ ਇੱਕ ਫਿਕਸ ਫੈਕਟਰ ਹੈ ਉਸ ਦੇ ਉੱਪਰ ਜ਼ਿਆਦਾ ਵੇਰੀਏਬਲ ਫੈਕਟਰਸ ਨੂੰ ਐਪਲੀਕੇਬਲ ਕਰਕੇ ਪ੍ਰੋਡਕਸ਼ਨ ਇਨਕ ਬੇਸਿਸ ਆਫ ਦਾ ਥਿਉਰੀ ਆਫ ਰੈਂਟ ਥਿਉਰੀ ਆਫ ਰੈਂਟ ਰਿਕਾਡੋ ਨੇ ਰਿਕਾਡੋ ਨੇ ਦਿੱਤੀ ਸੀ ਥਿਉਰੀ ਆਫ ਰੈਂਟ ਵੀ ਜਿਹੜੀ ਆ ਉਹ ਇਸ ਲਾਅ ਦੇ ਉੱਪਰ ਹੀ ਬੇਸਡ ਬਣਾਈ ਗਈ ਆ ਨੈਕਸਟ ਇਜ਼ ਬੇਸਿਸ ਆਫ ਦੀ ਥਿਉਰੀ ਆਫ ਡਿਸਟ੍ਰਿਬਿਊਸ਼ਨ ਮਾਰਜਨਲ ਪ੍ਰੋਡਕਟਿਵਿਟੀ ਥਿਉਰੀ ਆਫ ਡਿਸਟ੍ਰਿਬਿਊਸ਼ਨ ਇਜ਼ ਆਲਸੋ ਬੇਸਡ ਔਨ ਥਿਸ ਲਾਅ ਅਕੋਰਡਿੰਗ ਟੂ ਥਿਸ ਥਿਉਰੀ ਐਜ਼ ਮੋਰ ਐਂਡ ਮੋਰ ਯੂਨਿਟਸ ਆਫ ਫੈਕਟਰਸ ਆਫ ਪ੍ਰੋਡਕਸ਼ਨ ਆਰ 엠ਪਲੋਇਡ ਇਟਸ ਮਾਰਜਨਲ ਪ੍ਰੋਡਕਟਿਵਿਟੀ ਗੋਜ਼ ਔਨ ਫਾਲਿੰਗ ਗੋਜ਼ ਔਨ ਫੈਲਿੰਗ ਥੈਟ ਮੀਨਸ ਕਿ ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਅਪਲਾਈ ਕਰਦੇ ਜਾਂਦੇ ਹਾਂ ਉਹਨਾਂ ਦੀ ਮਾਰਜਨਲ ਪ੍ਰੋਡਕਟੀਵਿਟੀ ਡਿਕਰੀਜ਼ ਕਰਨਾ ਸਟਾਰਟ ਕਰ ਜਾਂਦੀ ਹੈ ਨੈਕਸਟ ਇਜ਼ ਬੇਸਿਸ ਆਫ ਆਪਟੀਮਮ ਪ੍ਰੋਡਕਸ਼ਨ ਵਿਦ ਦੀ ਹੈਲਪ ਆਫ ਥਿਸ ਲਾਅ ਅ ਪ੍ਰੋਡਿਊਸਰ ਕੈਨ ਡਿਸਾਈਡ ਅਬਾਊਟ ਆਪਟੀਮਮ অর ਇਕਲਿਬ੍ਰੀਅਮ ਆਊਟਪੁੱਟ ਅਕੋਰਡਿੰਗ ਟੂ ਥਿਸ ਲਾਅ ਇੱਕ ਪ੍ਰੋਡਿਊਸਰ ਇਹ ਡਿਸਾਈਡ ਕਰਦਾ ਉਸਨੇ ਆਪਣਾ ਆਊਟਪੁੱਟ ਜਾਂ ਪ੍ਰੋਡਕਸ਼ਨ ਕਿਸ ਲੈਵਲ ਤੱਕ ਕਰਨਾ ਕਿ ਜਿਸ ਨਾਲ ਕਿ ਉਸ ਨੂੰ ਲਾਸ ਨਾ ਹੋਵੇ ਇੱਕ ਪ੍ਰੋਡਕਸ਼ਨ ਇੱਕ ਜਿਹੜਾ ਪ੍ਰੋਡਿਊਸਰ ਆ ਜਾਂ ਫਰਮ ਉਸ ਨੂੰ ਇੱਕ ਇਕਲੀਬ੍ਰੀਅਮ ਕੰਡੀਸ਼ਨ ਵਿੱਚ ਕਦੋਂ ਹੁੰਦਾ ਜੇ ਉਸ ਨੂੰ ਪਤਾ ਕਿ ਮੈਂ ਇਸ ਜਗ੍ਹਾ ਤੱਕ ਪ੍ਰੋਡਕਸ਼ਨ ਕਰਨਾ ਜਦੋਂ ਉਸ ਨੂੰ ਜਦੋਂ ਉਸਦੀ ਮਾਰਜਨਲ ਕਾਸਟ ਪ੍ਰੋਡਕਟ ਦੀ ਉਸਦੀ ਮਾਰਜਨਲ ਰੈਵਨਿਊ ਦੇ ਇਕੁਅਲ ਹੁੰਦੀ ਆ ਜਦੋਂ ਮਾਰਜਨਲ ਕਾਸਟ ਮਾਰਜਨਲ ਰੈਵਨਿਊ ਦੇ ਇਕੁਅਲ ਹੁੰਦੀ ਆ ਉਸ ਜਗ੍ਹਾ ਤੇ ਕਿ ਇੱਕ ਪ੍ਰੋਡਿਊਸਰ ਨੂੰ ਪ੍ਰੋਡਕਸ਼ਨ ਕਰਦਾ ਕੰਨਾ ਚਾਹੀਦਾ ਥੈਟ ਮੀਨਸ ਇਸ ਲੋ ਦੇ ਅਕੋਰਡਿੰਗ ਇੱਕ ਪ੍ਰੋਡਿਊਸਰ ਇਹ ਡਿਸਾਈਡ ਕਰਦਾ ਕਿ ਉਸ ਨੂੰ ਕਿੰਨਾ ਪ੍ਰੋਡਕਸ਼ਨ ਕਰਨਾ ਐਂਡ ਕਿੰਨਾ ਨਹੀਂ next is basis of inventions in order to check the operation of this law sanu new inventions kanya And it is to counter the operation of this law that new techniques of production are invented next is effect on economic development the law has an adverse effect on the economic development of the country and standard of living on its people ਇਸ ਲੋ ਦਾ ਐਡਵਰਸ ਇਫੈਕਟ ਪੈਂਦਾ ਹੈ ਕਿਸੇ ਵੀ ਇਕਨੋਮੀ ਦੇ ਡਿਵੈਲਪਮੈਂਟ ਉੱਪਰ ਐਂਡ ਲੋਕਾਂ ਦੇ ਸਟੈਂਡਰਡ ਆਫ ਲਿਵਿੰਗ ਦੇ ਉੱਪਰ ਇੰਪੋਰਟੈਂਸ ਆਫ ਇੰਡਸਟਰੀਜ਼ ਮੈਨੂਫੈਕਚਰਿੰਗ ਇੰਡਸਟਰੀ ਤੇ ਵਿੱਚ ਐਂਡ ਇਨ ਦਾ ਫੀਲਡ ਆਫ ਪ੍ਰੋਡਕਸ਼ਨ ਇਹ ਜਿਹੜਾ ਲੋ ਇੱਕ ਸਿਗਨੀਫੀਕੈਂਟ ਰੋਲ ਪਲੇ ਕਰਦਾ ਆ ਦਾ ਲੋ ਬਿਗਨਸ ਟੂ ਆਪਰੇਟ ਇਨ ਐਗਰੀਕਲਚਰ ਐਟ ਅ ਵੈਰੀ अर्ਲੀ ਸਟੇਜ ਐਗਰੀਕਲਚਰ ਸੈਕਟਰ ਦੇ ਵਿੱਚ ਅਰਲੀ ਸਟੇਜ ਵਿੱਚ ਹੀ ਐਪਲੀਕੇਬਲ ਹੋ ਜਾਂਦਾ ਹੈ द ऑपरेशन ऑफ द लॉ इन मैनुफैक्चरिंग इंडस्ट्री कैन बी प्रीवेंटेड फॉर अ लॉन्ग टाइम इंडस्ट्री सैक्टर जो लॉ वाफ़ी टाइम तो बाद एप्लीकेबल हों इशियली स्टेज स्टार्ट नहीं हो जाता नैक्सट इज बेसिस ऑफ माइग्रेस ऑफ पॉपुलेशन इन ओवर पोपुलेटड एंड लैस डेवलप कंट्रीज a large part of population depends on agriculture for its subsistence less developed country de vich jehdi zyada tar population apne subsistence de layi ਉਹ ਕਿਤੇ ਉੱਪਰ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦੀ ਆ ਜਿਸ ਕਾਰਨ ਜਿਹੜਾ ਲੈਂਡ ਲੇਬਰ ਰੇਸ਼ੂ ਆ ਅਨਫੇਵਰੇਬਲ ਹੋ ਜਾਂਦਾ ਆ ਵੈਨ ਮੋਰ ਐਂਡ ਮੋਰ ਲੇਬਰਸ ਵਰਕ ਔਨ ਫਿਕਸ ਸਾਈਜ਼ ਲੈਂਡ ਫਿਕਸ ਸਾਈਜ਼ ਲੈਂਡ देयर ਮਾਰਜਨਲ ਰਿਟਰਨਸ ਡਿਮਿਨਿਸ਼ਿੰਗ ਥੈਟ ਮੀਨਸ ਕੋਨਾ ਦਾ ਮਾਰਜਨਲ ਰਿਟਰਨ ਕੀ ਹੁੰਦਾ ਡਿਕਰੀਸ ਕਰਨਾ ਸਟਾਰਟ ਕਰ ਜਾਂਦਾ ਇਸ ਕਾਰਨ ਜਿਹੜੇ ਲੇਬਰਸ ਆ ਉਹ ਕੰਪੈਲ ਹੁੰਦੇ ਆ ਕਿ ਉਹ ਮਾਈਗ੍ਰੇਟ ਹੋ ਜਾਣ ਕੰਟਰੀ ਦੇ ਦੂਸਰੀ ਸਾਈਡ ਤੇ ਕਿ ਤਾਂ ਜੋ ਆਪਣੇ ਸਬਸਿਸਟੈਂਸ ਦੇ ਲਈ ਬੈਟਰ ਓਪਰਚੁਨਿਟੀਆਂ ਜੌਬ ਦੀਆਂ ਲੱਭ ਸਕਣ ਨੈਕਸਟ ਇਜ਼ ਪੋਸਟਪੋਨਮੈਂਟਸ ਆਫ ਦੀ ਲਾਅ ਦਾ ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਬਿਕਮ ਇਨ ਆਪਰੇਟਿਵ ਕਦੋਂ ਹੋਏਗਾ ਜਦੋਂ ਟੈਕਨੋਲੋਜੀ ਇੰਪਰੂਵ ਜਦੋਂ ਟੈਕਨੋਲੋਜੀ ਵਿੱਚ ਇੰਪਰੂਵਮੈਂਟ ਆਏਗੀ ਉਸ ਨਾਲ ਕੀ ਹੁੰਦਾ ਹੈ ਕਿ ਪ੍ਰੋਡਕਸ਼ਨ ਇਨਕਰੀਜ਼ ਕਰਨਾ ਸਟਾਰਟ ਕਰ ਜਾਂਦਾ ਦੈਨ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਐਪਲੀਕੇਬਲ ਨਹੀਂ ਹੁੰਦਾ ਨੈਕਸਟ ਇਜ਼ ਦਾ ਆਪਰੇਸ਼ਨ ਆਫ ਦੀ ਲਾਅ ਮੇ ਬੀ ਪੋਸਟਪੋਨਡ ਆਲਸੋ ਵੈਨ ਦਾ ਫੈਕਟਰਸ ਆਫ ਪ੍ਰੋਡਕਸ਼ਨ ਆ ਪਰਫੈਕਟ ਸਬਸਟੀਟਿਊਟਸ ਆਫ ਈਚ ਅਦਰ ਕਿ ਜਦੋਂ ਫੈਕਟਰਸ ਆਫ ਪ੍ਰੋਡਕਸ਼ਨ ਪਰਫੈਕਟ ਸਬਸਟੀਟਿਊਟਸ ਹੋਣਗੇ ਇੱਕ ਦੂਸਰੇ ਦੇ ਇੱਕ ਦੂਸਰੇ ਦੇ ਲਈ then ਜਿਹੜਾ ਇਹ ਲੋਅ ਆ ਲੋ ਆਫ ਡਿਮਿਨਿਸ਼ਿੰਗ ਰਿਟਰਨ ਉਸ ਜਗ੍ਹਾ ਤੇ ਐਪਲੀਕੇਬਲ ਨਹੀਂ ਹੋਏਗਾ